ਭੁੱਲ ਜਾ, ਦਿਮਾਗ 'ਚ ਕਰ ਦੇ ਇੰਡੀਆ, ਐਵੇਂ ਕੱਢ ਦੇ, ਕਰ ਦੇ ਇੰਡੀਆ ਨਹੀਂ ਨਿਕਲਦਾ ਜਿੱਥੇ ਖੜੇ ਜੰਮੀ ਪਲੀ ਆ ਇੰਨਾ ਟਾਈਮ ਰਹੀ ਆ। ਆਖਰ ਅੱਜ ਲਾਈ ਦੁਕਾਨ ਮੰਡੀ 'ਚ ਇਹਨੇ ਮੈਡਮ ਨੇ, ਜਲਦੀ ਹੀ ਖਬਰ ਦੇਵਾਂਗੀ ਇੰਡੀਆ ਆਉਣ ਦੀ, ਮੈਂ ਬਸ ਸਾਲ ਨੂੰ ਆ ਹੀ ਜਾਣਾ ਵਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਤੁਹਾਡਾ ਸਾਡੇ ਚੈਨਲ 'ਤੇ। ਹੋਪ ਤੁਸੀਂ ਸਾਰੇ ਵਧੀਆ ਅਤੇ ਘੈਂਟ ਹੋਊਗੇ, ਆਪਾਂ ਵੀ ਵਧੀਆ ਹਾਂ। ਅਤੇ ਅੱਜ ਹੈ ਸੈਚਰਡੇ, ਸੈਚਰਡੇ ਦਾ ਦਿਨ ਸਾਡਾ ਹੁੰਦਾ ਆ ਬਾਹਰ, ਕਿਉਂਕਿ ਹਨੀ ਨੂੰ ਛੁੱਟੀ ਹੁੰਦੀ ਆ ਬਾਹਰ ਕੁਛ ਲੈਣ ਜਾਣਾ, ਜੋ ਘਰ ਦਾ ਸਮਾਨ ਖਤਮ ਹੋਇਆ ਹੁੰਦਾ ਆ। ਅਤੇ ਇੱਕ ਸੈਚਰਡੇ ਹੁਣ ਸਾਨੂੰ ਪਤਾ ਲੱਗਿਆ ਇੱਥੇ ਮੰਡੀ ਲੱਗਦੀ ਹੈ, ਜਿੱਦਾਂ ਇੰਡੀਆ 'ਚ ਮੰਡੀ ਲੱਗਦੀ ਹੈ ਉੱਦਾਂ ਮੰਡੀ ਲੱਗਦੀ ਆ। ਪਿਛਲੇ ਸੈਚਰਡੇ ਵੀ ਅਸੀਂ ਉੱਥੇ ਸਮਾਨ ਸਬਜ਼ੀਆਂ ਜਿਹੜੀਆਂ ਉੱਥੇ ਹੀ ਲੈਣ ਗਏ ਸੀ, ਅਤੇ ਅੱਜ ਵੀ ਆਪਾਂ ਬ੍ਰੇਕਫਾਸਟ ਪਹਿਲਾਂ ਕਰ ਲਿਆ ਸੀਗਾ, ਉੱਠ ਕੇ ਬ੍ਰੇਕਫਾਸਟ ਕਰਿਆ। ਬ੍ਰੇਕਫਾਸਟ 'ਚ ਆਪਾਂ ਖਾਧੇ ਪਰੌਂਠੇ ਅਚਾਰ ਨਾਲ, ਹੈ ਨਾ। ਅਤੇ ਫਿਰ ਹੁਣ ਆਪਾਂ ਰੈਡੀ ਵਗੈਰਾ ਹੋ ਗਏ ਸੀਗੇ, ਨਹਾ ਨੂ ਲਏ ਸੀਗੇ, ਅਤੇ ਹੁਣ ਫਿਰ ਅਸੀਂ ਸੋਚਿਆ ਵੀ ਚਲੋ ਆਪਾਂ ਜਾ ਰਹੇ ਹਾਂ ਸਮਾਨ ਲੈਣ। ਜੈਂਟਲਮੈਨ ਬਣ ਕੇ ਖੜ੍ਹੇ ਨੇ, ਵੇਟ ਕਰ ਰਹੇ ਨੇ, ਪਤਾ ਨਹੀਂ ਤੰਗ ਨੇ ਦੁਖੀ ਨੇ ਥੋੜ੍ਹੇ ਜਿਹੇ ਦਿਨ ਦੇ, ਪਤਾ ਨਹੀਂ ਗੱਲ ਕੀ ਆ ਵੀ ਦੁਖੀ ਕਿਉਂ ਨੇ। ਕੈਟ ਐਡੀ ਪਾਲੀ ਆ ਵਿੱਚ, ਕੀ ਆ ਕੈਟ ਦੇ। ਅਤੇ ਚਲੋ ਆਪਾਂ ਹੁਣ ਘਰ ਤੋਂ ਨਿਕਲਦੇ ਹਾਂ ਅਤੇ ਬੱਸ ਫੜਦੇ ਹਾਂ ਜੀ। ਆਪਾਂ ਪਹੁੰਚ ਗਏ ਮੰਡੀ 'ਚ, ਮੰਡੀ 'ਚ ਅੱਜ ਡੀਜੇ ਲੱਗਿਆ ਹੋਇਆ ਜੱਫੀਆਂ ਪਾਈ ਜਾਂਦੇ, ਕਿਆ ਕਰਿਆ ਕਰਦੀ ਜਾਂਦੀ ਆ, ਤੈਨੂੰ ਖਾਂਦਾ ਕੋਈ ਜਾ, ਮੈਂ ਕੀ ਕਰਨਾ। ਹਾਂ ਹੈਲੋ ਕਰਿਓ, ਬੁਲਾਈ ਜਾਂਦਾ ਜਾ। ਹੈ ਭੱਜੇ ਏ ਟੀ ਐਮ ਲੱਭਣਾ ਪੈਣਾ, ਕੈਸ਼ ਕਢਾਉਣਾ ਪੈਣਾ। ਹੈ ਪੈਸੇ ਲੈ ਕੇ ਨਹੀਂ ਆਂਦੇ ਏ ਟੀ ਐਮ ਚੱਲੂਗਾ ਇੱਥੇ। ਅੱਛਾ ਕੈਸ਼ ਚੱਲਣਾ ਸੀਗਾ, ਹੁਣ ਕੈਸ਼ ਆਪਾਂ ਕਢਾਇਆ ਨਹੀਂਗਾ। ਹਾਂ ਸਬਜ਼ੀਆਂ ਲੱਗੀਆਂ, ਇਸੇ ਤਾਂ ਸਭ ਤੋਂ ਸਸਤੀਆਂ ਸਬਜ਼ੀਆਂ। ਮੇਰੇ ਗੰਢੇ ਆਪਾਂ ਫੜ ਲਏ। ਹਾਂ ਹਰੇ ਗੰਢੇ ਦੀ ਚਟਨੀ ਨਾਲ ਪੁਦੀਨਾ ਚੱਕ ਲਿਆ ਇੱਕ ਮਾੜਾ ਜਿਹਾ। ਏ ਟੀ ਐਮ 'ਚ ਚੱਲਿਆ ਮੈਂ, ਏ ਟੀ ਐਮ 'ਚ ਪੈਦਲਾਂ ਕੈਸ਼ ਕਢਾ ਕੇ ਲੈ ਕੇ ਆਉਣੇ ਸੀਗੇ, ਭੁੱਲ ਗਏ ਹਾਂ। ਅਤੇ ਹੁਣ ਏ ਟੀ ਐਮ ਹੈਗਾ ਥੋੜ੍ਹਾ ਦੂਰ, ਉੱਥੋਂ ਲੈ ਕੇ ਆਉਂਦਾ ਵਾ। ਮੋਲ ਸੈਂਟਰ ਹੋ ਗਿਆ, ਸ਼ੋਰਟਕੱਟ ਰਸਤਾ ਇੱਧਰ ਦੀ ਸ਼ੋਪ ਸਟੋਰ ਵਿੱਚ ਦੀ ਜਾ ਕੇ, ਫਿਰ ਅੱਗੋਂ ਦੀ ਬਾਹਰ ਬੈਂਕ ਵਾਲੀ ਬੈਂਕ ਮਾਰਕੀਟ 'ਚ ਜਾ ਕੇ ਟਾਊਨ 'ਚ ਏ ਟੀ ਐਮ ਆ, ਹੁਣ ਇੱਥੋਂ ਕਢਾਉਣੀ ਆ। ਬਟ ਖੜ੍ਹਨਾ ਪੈਣਾ ਇੱਥੇ, ਵੇਟ ਕਰਨੀ ਪੈਣੀ ਆ। ਇੱਕ ਉੱਧਰ ਵੀ ਆ, ਫ੍ਰੀ ਕੈਸ਼ ਕੱਢਦਾ, ਕੋਈ ਚਾਰਜਸ ਨਹੀਂ ਕੱਟਦੇ ਇੱਥੇ, ਅਤੇ ਜਿੱਥੇ ਲਿਖਿਆ ਹੁੰਦਾ ਫ੍ਰੀ ਕੈਸ਼। ਅਤੇ ਹੁਣ ਏ ਟੀ ਐਮ ਜੋ ਆਪਾਂ ਕਢਾਉਂਦੇ ਇੱਥੇ 10-20 ਆਪਣੇ ਇੰਡੀਆ 'ਚ 10-20 ਨਹੀਂ ਨਾ ਨਿਕਲਦੇ, ਇੱਥੇ 10-20 ਪਾਊਂਡ ਨਿਕਲ ਜਾਂਦੇ ਆ। ਕੈਸ਼ ਕੈਸ਼ ਨਿਕਲੇਗਾ, ਨਿਕਲੇਗਾ ਕੈਸ਼, ਆ ਗਿਆ ਕੈਸ਼, 20 ਪਾਊਂਡ ਕੱਢੇ ਆ। ਓਕੇ ਬਾਈ, ਥੈਂਕ ਯੂ। ਹੋ ਜੀ ਮੈਂ ਪਹੁੰਚ ਗਿਆ ਫਿਰ ਮੰਡੀ ਕੋਲ, ਕੈਸ਼ ਕਢਾ ਕੇ ਆ ਗਿਆ ਸੀਗਾ, ਕੈਸ਼ ਆਪਾਂ ਪੂਰਾ ਕਢਾ ਲਿਆ 20 ਪਾਊਂਡ। ਕਿਹੜੇ ਕਿਹੜੇ ਦਿਨ ਹੋਣੇ ਉਹਨਾਂ ਨੂੰ ਲੱਗਿਆ ਵੀ ਮੈਂ ਸਹੀ ਲਾਈ ਆ, ਮੈਂ ਅੰਕਲ ਜਾਂ ਮੈਨੂੰ ਕਹਿੰਦੇ ਤੁਸੀਂ ਕਿਹੜੇ ਕਿਹੜੇ ਦਿਨ। ਤੇ ਪਹਿਲ ਨਹੀਂ ਕਰ ਰੋਜ਼ ਹੀ ਉਹਨਾਂ ਨੂੰ ਮੈਂ ਤਾਂ ਉੱਠ ਕੇ ਆ ਗਈ ਸੀ।
ਤੈਨੂੰ ਕਹਿਣ ਲੱਗ ਗਏ ਵੀ ਤੂੰ ਦੁਕਾਨ ਲਾਉਣੀ ਇੱਥੇ ਕੋਈ ਮੰਡੀ ਚ ਲਾਈ ਦੁਕਾਨ ਹੈ ਤੂੰ ਫਿਰ ਅੱਜ ਲਾਈ ਦੁਕਾਨ ਮੰਡੀ ਚ ਨੇ ਮੈਡਮ ਨੇ ਆ ਲੈ ਲੈ ਇੱਕ ਗੰਡੀ ਹੈ ਛਾਂਟਣਾ ਪੂਰਾ ਇਹ ਚੋ ਵੀ ਉਦੋਂ ਵੀ ਵਧੀਆ ਦੇਵੇ ਉਹ ਦੇਖ ਕਿੰਨਾ ਰੌਲਾ ਪਾਉਂਦਾ ਉਹ ਲੱਭੇ ਜਾਣੀ ਕੋਈ ਚੱਜ ਦਾ ਤੇ ਏਦਾਂ ਇੰਨੇ ਇਹੋ ਜਿਹੇ ਮਿਲਣੇ ਆ ਲੈਣੇ ਨੀ ਸਹੀ ਆ ਲੈ ਲਾ 80 ਪੈਨੀ ਦੇ ਤਾਂ ਪੁਦੀਨਾ ਲੈ ਲਾ ਪਰੌਂਠੇ ਖਾਣ ਨੂੰ ਕੱਲ ਨੂੰ ਸਾਫ ਜੀ ਚੱਕ ਲੈਣਾ ਮੋਟੀਆਂ ਹੀ ਵਧੀਆ ਲੱਗਦੀਆਂ ਵੱਧ ਨਿਕਲਣਗੀਆਂ ਆ ਦੇ ਆਹ ਸਹੀ ਆ ਕੁਛ ਨੀ ਹੋਇਆ ਹੋਰ ਚੱਕਣੇ ਇੱਕ ਇੱਕ ਸਹੀ ਆਪਾਂ ਨੂੰ ਤਾਂ 2-3 ਪਰੌਂਠੇ ਬਹੁਤ ਹੁੰਦੇ ਹਨ 3 ਪਰੌਂਠਿਆਂ ਨਾਲ ਰੱਜ ਜਾਂਦੇ ਤੇ ਇੱਕ ਖਾਂਦੀਆਂ ਮੈਨੂੰ 2 ਖਾਣੇ ਪੈਂਦੇ ਫਿਰ ਹੋਰ ਆਹੀ ਚੀਜ਼ਾਂ ਲੈਣੀਆਂ ਬਸ 3 ਚੀਜ਼ਾਂ ਠੀਕ ਆ ਅੱਜ ਵੀ ਲੈ ਲਏ ਫਰੂਟ ਸਟ੍ਰਾਬੇਰੀ ਸਟ੍ਰਾਬੇਰੀ ਮੈਨੂੰ ਪਤਾ ਤੂੰ ਚੱਕਦਾ ਲੈਣੀ ਆ ਫਿਰ ਮੁੜ ਕੇ ਕਹੇਗੀ ਤਾਂ ਠੀਕ ਵੀ ਨਹੀਂ ਹੋਣੀ ਲੱਗਦੀਆਂ ਹਨਾ ਗੂਬੀ ਉਹ ਐਪਲ ਲੈ ਲੈਣਾ ਐਪਲ ਹੈ ਗਿਆ ਹੁਣ ਗੋਭੀ ਲੈ ਲਾ ਫਿਰ ਇੱਥੋਂ ਹੀ ਲੈ ਲਾ ਕਿੱਧਰ ਉੱਧਰ ਜਾਵਾਂਗੇ ਆਪਾਂ ਗੋਭੀ ਲੈ ਲੈਣੇ ਇੱਕ ਟਮਾਟਰ ਲੈ ਲਏ ਸੇਬ ਲੈ ਲਏ ਅਤੇ ਬਨਾਨਾ ਘਰ ਅਤੇ ਆਹ ਸਬਜ਼ੀਆਂ ਜਿਹੜੀਆਂ ਹੁਣ ਮੈਂ ਫਰਿੱਜ ਵਿੱਚ ਲਾਉਣੀਆਂ ਵਾਂ ਆਪਾਂ ਰਸ ਲਿਆਉਂਦੇ ਜਿਹੜੇ ਇੰਡੀਆ ਵਿੱਚ ਆਪਾਂ ਖਾਂਦੇ ਹੁੰਦੇ ਸੀ ਉਹ ਵਾਲੇ ਸਾਹ ਬਿਸਕਿਟ ਲਿਆਉਂਦੇ ਨੇ ਅਤੇ ਮਸ਼ੀਨ 'ਚ ਕੱਪੜੇ ਪਾ ਦੇ ਕਿਉਂਕਿ ਕੱਪੜੇ ਹਨੇ ਦੇ ਕੰਮ ਵਾਲੇ ਵਾਸ਼ ਕਰਨ ਵਾਲੇ ਸੀ ਆ ਗਏ ਸੀ ਘਰੇ ਹਾਂਜੀ ਚਾਹ ਸਮੋਸੇ ਨਾਲ ਚਾਹ ਪਤੀ ਹੋ ਤੋ ਐਸਾ ਹੋ ਮੈਂ ਕਿਹਾ ਪਤੀ ਹੋ ਤੋ ਐਸਾ ਹੋ ਨਾ ਜੋ ਚਾਏ ਨਾਲ ਸਮੋਸੇ ਦੇ ਸਮੋਸੇ ਪਿੱਛੇ ਇੰਡੀਆ ਜਾਵਾਂ ਨਹੀਂ ਨਹੀਂ ਆਪਾਂ ਸਦਾ ਲਈ ਜਾ ਵੜਦੇ ਆ ਇੰਡੀਆ ਨੀ ਹੁਣ ਇੰਡੀਆ ਭੁੱਲ ਜਾ ਦਿਮਾਗ ਚ ਕਰ ਦੇ ਇੰਡੀਆ ਐਵੇਂ ਕੱਢ ਦੇ ਇੰਡੀਆ ਨੀ ਨਿਕਲਦਾ ਜਿੱਥੇ ਜੰਮੀ ਪਲੀ ਆ ਇੰਨਾ ਟਾਈਮ ਰਹੀ ਆ ਆਖਰ ਨੂੰ ਇੰਡੀਆ ਜਾ ਕੇ
ਅੰਤ ਹੋਣਾ ਹੈ। ਅੰਤ ਹੋਣਾ, ਅੰਤ ਜਦੋਂ ਹੋਣਾ ਪਤਾ ਨਹੀਂ ਲੱਗਣਾ ਕਿੱਥੇ ਹੋਣਾ, ਠੀਕ ਹੈ। ਨਾ ਇੰਡੀਆ ਹੀ ਹੋਣਾ ਹੈ। ਹੁਣ ਭੁੱਲ ਜਾ ਇੰਡੀਆ ਤੂੰ। ਐਵੇਂ ਭੁੱਲ ਜਾ, ਆਪਾਂ ਤਾਂ ਜਾ ਬਣਾਉਣਾ ਵਾ ਸਾਲ ਨੂੰ। ਦੇਖਾਂਗੇ ਸਾਲ ਨੂੰ, ਸਾਲ ਨੂੰ ਜਾ ਬਣਾਉਣਾ। ਤੁਹਾਨੂੰ ਜਲਦੀ ਹੀ ਖਬਰ ਦੇਵਾਂਗੇ ਇੰਡੀਆ ਆਉਣ ਦੀ। ਮੈਂ ਬਸ ਸਾਲ ਨੂੰ ਆ ਹੀ ਜਾਣਾ ਵਾ। ਜਲਦੀ ਆ, ਬਹੁਤ ਔਖੀ ਆ ਮੈਂ ਤਾਂ। ਸਾਲ ਤਾਂ ਜਲਦੀ ਆ, ਸਾਲ ਤਾਂ ਜਲਦੀ ਆ ਮੇਰੇ ਲਈ ਤਾਂ ਜਲਦੀ ਆ। ਮੇਰਾ ਮਨ ਨਹੀਂ ਲੱਗਦਾ ਇੱਥੇ, ਬਿਲਕੁਲ ਵੀ ਮੇਰਾ ਦਿਲ ਨਹੀਂ ਲੱਗਦਾ। ਇੰਡੀਆ ਇੰਡੀਆ ਹੀ ਆ। ਸਾਰਿਆਂ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਹਾਂ ਮੈਂ ਤਾਂ ਸੱਚੀ। ਕਿੰਨਾ ਟਾਈਮ ਹੋਇਆ ਅੱਜ ਸਮੋਸੇ ਖਾ ਕੇ ਚਾਹ ਪੀਤੇ ਨੂੰ? ਘੰਟਾ ਹੋ ਗਿਆ, ਘੰਟੇ ਦੇ ਉੱਤੇ। ਤੇ ਫਿਰ ਹੁਣੇ ਭੁੱਖ, ਘਰੇ ਬਹਿ ਕੇ ਭੁੱਖ ਹੀ ਲੱਗਦੀ ਰਹਿੰਦੀ ਆ। ਕੰਮ ਵਾਲੇ ਸੱਦ ਲਿਆ ਕਰਨ ਤਾਂ ਚੰਗਾ, ਸਗੋਂ ਨਾਲੇ ਤਾਂ ਸਮਾਨ ਬਚਿਆ ਕਰੂ, ਨਹੀਂ ਤਾਂ ਖਾਲੀ ਹੋ ਜਾਣਾ ਛੇਤੀ। ਆ ਵੀ ਇਹਨਾਂ ਵਾਸਤੇ ਵੀ, ਇਹਨਾਂ ਨੂੰ ਵੀ ਲੱਗੀ ਆ ਭੁੱਖ। ਇਹ ਤਾਂ ਭੁੱਖੀ ਰਹਿੰਦੀ। ਉਹ ਵਿਚਾਰੇ ਨੂੰ ਕੀ ਹੋਇਆ, ਗੁੱਸੇ ਹੋਇਆ ਪਿਆ? ਹੋਰ ਉਹਨੂੰ ਚੱਕਿਓ ਨਾ। ਟਾਈਮ ਸਾਡੇ ਵੱਜ ਚੁੱਕੇ ਨੇ ਹੁਣ, ਸ਼ਾਮ ਦੇ ਰਾਤ ਦੇ 7 ਵੱਜ ਗਏ ਨੇ ਨਾ। ਸਵਾ 7 ਹੋ ਗਿਆ ਤੇ ਹੁਣ ਮੈਂ ਫਰੂਟ ਚਾਟ ਲੱਗਿਆ ਬਣਾਉਣ, ਮੈਨੂੰ ਭੁੱਖ ਲੱਗੀ ਪਈ ਆ ਤਾਂ ਕਰਕੇ। ਜੇ ਤੂੰ ਖਾਣਾ ਤਾਂ ਦੱਸ ਦੇ, ਜੇ ਨਹੀਂ ਖਾਣਾ ਤਾਂ ਦੱਸ ਦੇ। ਮੈਂ ਨਹੀਂ ਖਾਣਾ। ਨਹੀਂ ਖਾਣਾ? ਨੋ। ਚੱਲ ਠੀਕ ਆ ਫਿਰ, ਮੰਗੀ ਨਾ ਬਾਅਦ ਚ ਮੈਨੂੰ। ਲੈ ਕੇ ਤਾਂ ਉਹ ਬਣਾ ਕੇ ਦਰਸ਼ਨ ਕਰਾਓ ਸਾਨੂੰ। ਦਰਸ਼ਨ ਕਰਾਓ। ਆ ਦੇਖੋ ਜੀ, ਚਾਟ ਆ ਗਈ, ਫਰੂਟ ਚਾਟ ਆ ਗਈ, ਉਹਦੇ ਤੇ ਦੁੱਧ ਰੋਟੀ ਨਾ ਸ਼ੇਕਰ ਹੈ ਨਹੀਂ ਮੇਰੇ ਕੋਲ, ਗਰੀਬ ਕੋਲ। ਤੁਸੀਂ ਫਰੂਟ ਚਾਟ ਤਾਂ ਲੈਦੀ, ਨਾਲ ਡੱਕੇ ਚ ਲਿਆਉਂਦੇ ਨੇ? ਡੱਕੇ ਲਿਆਉਂਦਾ ਮੈਂ, ਮੰਗਵਾਇਆ ਆਰਡਰ ਤੇ, ਲੈ ਕੇ ਆਉਂਦਾ ਹੋ ਡਿਲੀਵਰੀ ਵਾਲਾ। ਉਹਨੇ ਸਾਨੂੰ ਆ ਕੇ ਹੋਰ ਕੋਈ ਨਹੀਂ ਠਾਉਂਦਾ ਆਪਾਂ ਨੂੰ, ਆਪਾਂ ਆਪ ਡੱਟ ਦੇਣੀ ਹੈਗੀ। ਰਿਸ਼ਤੇਦਾਰ ਆ ਕੇ ਠਾਉਣਗੇ। ਹਾਂਜੀ, ਇੱਧਰ ਆਪਣਾ ਰਾਤ ਦਾ ਡਿਨਰ ਰੈਡੀ ਹੋ ਗਿਆ, ਚਟਨੀ ਬਣਾਈ ਅਸੀਂ, ਅਤੇ ਆ ਸੀ ਸ਼ਿਮਲਾ ਮਿਰਚ ਆਲੂ ਦੀ ਸਬਜ਼ੀ, ਅਤੇ ਉਹ ਨਾਲ ਦਹੀਂ। ਹੁਣ ਲੱਗੇ ਆਪਾਂ ਰਾਤ ਦਾ ਡਿਨਰ ਖਾਣ ਲੱਗੇ ਹਾਂ ਚਟਨੀ ਨਾਲ, ਦੇਖਦੇ ਹਾਂ ਕਿਹੋ ਜਿਹੀ ਬਣੀ ਆ। ਕਿੱਦਾਂ ਬੋਲ ਪਾ ਬੰਦਾ ਬਹਿ ਕੇ ਗੱਲ ਬਾਤ ਕਰ ਲੈਂਦਾ। ਮੇਰੀ ਅੱਖਾਂ ਦੁਖੀ ਜਾਂਦੀਆਂ, ਮੈਂ ਤਾਂ ਵੈਸੇ ਬੰਦ ਕੀਤੀਆਂ, ਸੁੱਤਾ ਨਹੀਂ ਹੈਗਾ ਮੈਂ। ਤੁਹਾਡੀਆਂ ਅੱਖਾਂ ਤਾਂ ਸਾਰੀ ਰਾਤ ਸਾਰਾ ਦਿਨ ਦੁਖਦੀਆਂ ਰਹਿੰਦੀਆਂ, ਉਹ ਕਦੋਂ ਆ ਕੇ ਨਹੀਂ ਅੱਖਾਂ ਦੁਖਣਗੀਆਂ? ਪਤਾ ਨਹੀਂ ਕਿਹੜਾ ਦਿਨ ਆਊਗਾ। ਬਸ।